ਜਿੰਨੇ ਵੀ ਰਿਸ਼ਤੇਦਾਰ ਆਏ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਖਪਾਲ ਭਾਈ ਬੇਦੀ ਜੀ ਡਾਕਟਰ ਸੁਰਜੀਤ ਸਿੰਘ ਜੀ ਸਿੱਧੂ ਸਾਹਿਬ ਵਕੀਲ ਸਾਹਿਬ ਫਿਰ ਕੇਸ ਕਿਹੋ ਜਿਹੇ ਲਈ ਜਾਂਦੇ ਨਾਲ ਉਹ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਡੈਡੀ ਜੀ ਸਾਡੇ ਆ ਜਾਓ ਜੀ ਤੁਸੀਂ ਵੀ ਆ ਜਾਓ ਮੈਂ ਪਚੋਲਾ ਸਾਹਿਬ ਮੈਂ ਪਚੋਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸਾਰਾ ਨਾਮ ਦਿੰਦੇ ਰਹੇ ਬਹੁਤ ਬਹੁਤ ਮਿਹਰਬਾਨੀ ਲਵਾਰ ਪੇਸ਼ ਕਰ ਲਗਾ ਵਾਰ ਬਾਬਾ ਬੰਦਾਬਾਦ ਇੱਕ ਮੈਂ ਗੱਲ ਜ਼ਰੂਰ ਕਹਿਣੀ ਆ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਡੇ ਸਕੇ ਭਤੀਜੇ ਦਾ ਹੀ ਪ੍ਰੋਗਰਾਮ ਹੈ ਇਹ ਕੋਈ ਉੱਪਰਾ ਪ੍ਰੋਗਰਾਮ ਨਹੀਂ ਇਸ ਪ੍ਰੋਗਰਾਮ ਮੈਂ ਕਲਾਕਾਰ ਬਣ ਕੇ ਨਹੀਂ ਆਇਆ ਤੇ ਨਾ ਹੀ ਮੈਂ ਵੋਟਾਂ ਮੰਗਣ ਆਇਆ ਅੱਜ ਤੋਂ ਗੱਲ ਇਹ ਹੈ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਵਾਰ ਬਾਬਾ ਬੰਦਾਬਾਦ ਲੁਥਿਆ ਗਿਆ ਵਾਹ ਸਭ
Yeah.
ਹਰ ਬਹੁਤ ਸਾਰਾ ਨਾਮ ਦੇਖਦੇ ਨੇ ਅਸੀਂ ਇਹ ਤਾਂ ਸਾਰੇ ਸੱਜਣਾਂ ਦੇ ਬਹੁਤ ਧੰਨਵਾਦੀ
بھیجنے ہیں کیونکہ انہوں نے میری سکھی سی کہ میں راضی ہو جاؤں میں راضی ہو گیا مہاراج جی کرپا ہے میں بینتی کروں گا کوئی بھی سجن بلوان سے سجن یہ 500 روپیہ لے جائے اور گردوارے چلا دیں بہت مہربانی تالی مار دو بہت مہربانی
ਵਿਜੇ ਕਾਠਾ ਅਨ ਹਮ ਦੇ ਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਾਕਾ ਜੀ ਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ Bye.
ਕੋਈ ਵਕੀਲ ਦੇ ਦਿਸਦਾ ਹੁੰਦਾ ਨਹੀਂ ਕੋਈ ਆ ਕੇ ਛੋਟਾ ਬੱਚਾ ਕਹਿੰਦਾ ਬੋਬੋ ਆਪਣੇ ਤਾਏ ਦੇ ਕੁੜੀ ਹੋ ਗਈ ਕਹਿੰਦੀ ਜਾ ਵੇ ਲੈ ਜਾ ਉਹ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਆਪਣੇ ਬੂਟਾ ਹਲਾ ਨਹੀਂ ਹੋਣਾ ਦੇ ਜਾਕ ਜਮੇ ਆ ਤਾਂ ਕੁੜੀ ਜਮ ਕੇ ਰੱਖਦੀ ਤੋ ਕਹਿੰਦੇ ਫਰਮਾਇਸ਼ ਸਾਡੀਆਂ ਭੈਣਾਂ ਦੀ ਸਾਡੇ ਬਜ਼ੁਰਗਾਂ ਦੀ ਸਾਡੇ ਮਿੱਤਰਾਂ ਦੀ ਹੋਇਆ ਕਿਹਦੇ ਧੀ ਜਾਪੀ ਫਿਰ ਆਪਣਾ ਕਹਿ ਕੇ ਜੋਠਾ ਦੇਣਾ ਜੇ ਹੋਵੇ ਕੀ ਸੁਣ ਕੇ ਰਾਜੀ ਤਾਂ ਤਾਲੀ ਮਾਰ ਤੋ ਨਹੀਂ ਕਰਾ ਮਾਰਿਓ ਮੋਦੀ ਮਾਦਰੀ ਬਹੁਤ ਮਿਹਰਬਾਨੀ ਹਾਂਜੀ ਮੁੰਡੇ ਨੂੰ ਭੇਜ ਦੋ ਜੇ ਤਾਂ ਮੋਟਰਸਾਈਕਲ 6
بچ گیا پھر تا ٹھیک ہے نہیں تا پھر سارا خرچہ بچا نالے کڑی بچی نالے اپنا گھر بچا موٹر سائیکل ہی گیا کلا تو گل کے لگا جا گیا you
ਦੀ ਗੱਲ ਹੁੰਦੀ ਆ ਭਈ ਜੇ ਮੁੰਡੇ ਨੂੰ ਸਾਕ ਲੈਣਾ ਤਾਂ ਪੁੱਛ ਲੋ ਫੁੱਫੜ ਨੂੰ ਜੇ ਕਿਤੇ ਸਾਕ ਕਰਨ ਜਾਣਾ ਤਾਂ ਪੁੱਛ ਲੋ ਫੁੱਫੜ ਨੂੰ ਜੇ ਕੋਈ ਚੰਗਾ ਕੰਮ ਕਰਨਾ ਤਾਂ ਪੁੱਛ ਲੋ ਫੁੱਫੜ ਨੂੰ ਜੇ ਕੋਈ ਹੋਰ ਗੱਲ ਕਰਨੀ ਆ ਪਹਿਲਾਂ ਫੁੱਫੜ ਨੂੰ ਪੁੱਛ ਲੋ ਗੁੱਸੇ ਨਾ ਹੋਵੇ ਫਿਰ ਰਾਤ ਨੂੰ ਕਿਤੇ ਦੀਵਾ ਜਗਾ ਕੇ ਹੱਥ ਤੇ ਧਾਨ ਲੋ ਕੋਲੇ ਮਾਰ ਦਿਓ ਕਹਿੰਦੇ ਫੁੱਫੜ ਦੀਵਾ ਵੀ ਖੋਲ ਜਾਂਦਾ ਇੰਨੀ ਤਾਂ ਥੱਕੇ ਫੁੱਫੜ ਤੋਂ ਮੈਂ ਫੁੱਫੜ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਥੈਂਕ ਯੂ ਬੰਦਾ ਆ ਕੇ ਪੁੱਛਦਾ ਭਾਗਵਾਨ ਨੇ ਰੋਟੀ ਪਾਏਗੀ ਬੜੀ ਪਰੋਸ ਕੇ ਪਾਉਂਦੀ ਆ ਖਾਜ ਢੱਕ ਕੇ ਰੋਟੀ ਢੱਕ ਕੇ ਸਾਗ ਢੱਕ ਕੇ ਪਾਣੀ ਢੱਕ ਕੇ ਦੋਨੇ ਕੰਢੇ ਢੱਕ ਕੇ ਪਰ ਮੰਜੇ ਤੇ ਕਈ ਸੱਚੀ ਲੱਤ ਨਾਲ ਹੀ ਕਹਿੰਦੀ ਆ ਉਹ ਆਤ ਪਈਆਂ ਖਾ ਲਾ ਮਰ ਲਾ ਕੰਜਰਾ ਕਿੱਥੋਂ ਆਇਆ ਉਹ ਕਹਿੰਦੇ ਨਾ ਕੰਜਰਾ ਹੁਣ ਜੀਵੀ ਪਾਏ ਖੜਾ ਰਹਿੰਦਾ ਨਵਾਂ ਸੁਣਾਉਣ ਲੱਗੇ ਫੇਰ ਮੈਂ ਕਿਉਂ ਵੀ ਨਵਾਂ ਨੀ ਸੁਣਾਇਆ
ਗੱਲ ਕਹਿ ਰਿਹਾ ਕਿ ਮੇਰਾ ਆਉਣ ਵਾਲਾ ਕਾਰ ਕੀ ਮਾਮਾ ਰੋਸ਼ਨ ਬਹੁਤ ਬਹੁਤ ਧੰਨਵਾਦ ਕਰਦੇ।
ਮੇਰੇ ਮਾਮੇ ਰੋਸ਼ਨ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਾਰੇ ਥੈਂਕ ਯੂ I'm gonna make you mine.
I'm
ਸਾਥੀ ਆ ਮੇਰੇ ਮਿੱਤਰ ਆ ਬਹੁਤ ਮਿਹਰਬਾਨੀ ਥੈਂਕ ਯੂ ترجمة
ਹਾਏ ਪਾਪ ਪਤਲੂ ਮਰ ਕਿਨਾਰੇ ਤੇ ਤੀ ਜਾਵੇ ਤੂੰ ਵੀ ਨਾ ਹਰਨ ਵਾਂਗ ਪਾਰ ਤੀ ਅਲੰਗੇ ਸੱਜ ਕੋਲ ਕੋਲ ਤੀ ਅਲੰਗੇ ਸੱਜ ਕੋਲ ਕੋਲ ਤੀ ਅਲੰਗੇ ਸੱਜ ਕੋਲ ਕੋਲ ਤੀ ਗਬਰੂ ਵੇ ਸੋਣਾ ¡Gracias!
ਇਹਨਾਂ ਨੂੰ ਯਾਦ ਰੱਖਿਆ ਕਰੋ ਬਹੁਤ ਵਧੀਆ ਸਪੀਕਰ ਹੈ ਬਹੁਤ ਮਿਹਰਬਾਨੀ ਜੇ ਗਲਤੀ ਹੋਵੇ ਮਾਫ ਕਰਨਾ ਇੱਥੇ ਹੀ ਬਸ